बहुत ही ईमानदार अते सच्ची सुच्ची शख्सियत दे मालक श्रीमती सुखदेव कौर होना ने अपना समुचा जीवन सच्चाई दे रस्ते ते चलदियां बिताया। आप जी बहुत ही चंगे संस्कारां दे धारने अते सहनशील बिरती वाले इंसान सन। परमात्मा दे घर प्रति सच्चे श्रद्धावान सन अते हर एक गरीब अते दीन दुखिया दी मदद करनी आप जी दा सुभा सी। आप जी दे किरत अते चंगे संस्कारां दा लाया बूटा मौजूदा समय विच आप जी दे परिवार विच फुलित हो रहा है। आप जी दा समुचा परिवार मिठ बोलड़ा परिवार है अते परमात्मा दे पाणे विच रहण वाला परिवार है। आप जी दे बच्चे बहुत ही संस्कारी हन, पढ़े लिखे हन अते समाज विच शलाघाजोग स्थान रखदे हन। सब तो वड्डी गल ओ अपने माता जी दे पाए पूर्णिया ते चल के जिंदगी बसर करन वाले इंसान हन। सदानी सुखदेव कौर हुणा दी याद विच एक धार्मिक समागम दा आयोजन उन्हां दे समूह परिवार वल्लों गुरुद्वारा मिठा टिवाणा साहिब माडल टाउन हुशियारपुर विखे करवाया गया, जिस विच रागी सिंघा वालों कीर्तन दी हाजरी लगवाई अते आईयां होईयां समूह संगतां नूं उस परम पिता परमात्मा दे चरणां नाल जोड़िया।
ਦੇ ਸੁਭਾਅ ਬਾਰੇ ਅਸੀਂ ਸਾਰੇ ਭਲੀ ਭਾਂਤ ਜਾਣੂ ਹਾਂ ਕਿ ਕਿਵੇਂ ਉਹਨਾਂ ਨੇ ਸਰਦਾਰ ਸੇਵਾ ਸਿੰਘ ਢਿੱਲੋਂ ਨਾਲ ਮੋਢੇ ਨਾਲ ਮੋਢਾ ਲਾ ਕੇ ਸਮਾਜ ਸੇਵਾ ਕੀਤੀ ਔਰ ਸਮਾਜ ਦੇ ਵਿੱਚ ਆਪਣਾ ਨਾਮ ਉੱਚਾ ਕਰਕੇ ਗਏ ਆ। ਔਰ ਇਹ ਜਿਹੜਾ ਘਾਟਾ ਇਹ ਆਪਾਂ ਪੂਰਾ ਨਹੀਂ ਕਰ ਸਕਦੇ, ਸਿਰਫ ਅਸੀਂ ਉਹਨਾਂ ਨੂੰ ਯਾਦ ਕਰਕੇ ਉਹਨਾਂ ਦੀ ਯਾਦ ਆਪਣੇ ਦਿਲ ਵਿੱਚ ਸਮਾ ਕੇ ਅਸੀਂ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਭੇਟ ਕਰ ਸਕਦੇ ਹਾਂ। ਜ਼ਿਆਦਾ ਨਾ ਕਹਿੰਦਾ ਹੋਇਆ ਮੈਂ ਦੋ ਕੁ ਬੁਲਾਰੇ ਨੂੰ ਸਟੇਜ 'ਤੇ ਬੁਲਾਉਣ ਦੀ ਆਗਿਆ ਚਾਹੂੰਗਾ ਤਾਂ ਕਿ ਉਹ ਆਪਣੇ ਸ਼ਰਧਾ ਫੁੱਲ ਭੇਂਟ ਕਰ ਸਕਣ। ਸਭ ਤੋਂ ਪਹਿਲਾਂ ਮੈਂ ਸਰਦਾਰ ਮਹਿੰਦਰ ਸਿੰਘ ਪਰਵਾਨਾ ਜੀ ਨੂੰ ਬੇਨਤੀ ਕਰੂੰਗਾ ਕਿ ਉਹ ਦੋ ਮਿੰਟ ਲਈ ਭੈਣ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ। ਇਸ ਪਰਿਵਾਰ ਨਾਲ ਤਕਰੀਬਨ 55-56 ਸਾਲ ਦਾ ਮੇਰਾ ਵਾਹ ਆ। ਇਹ ਛੋਟੀ ਜਿਹੀ ਹੁੰਦੀ ਸੀ ਜਦੋਂ ਦਾ ਸਾਡਾ ਆਉਣ ਜਾਣ ਸੀ, ਛੋਟੀ ਦੇਖੀ ਮੁਟਿਆਰ ਹੁੰਦੀ ਦੇਖੀ, ਵੱਡੀ ਵਿਆਹ ਵੀ ਹੱਥੀਂ ਕੀਤਾ, ਸਭ ਕੁਛ ਕੀਤਾ, ਪਰ ਆਹ ਨਹੀਂ ਸੀ ਪਤਾ ਕਿ ਸਾਡੇ ਹੱਥੀਂ ਤੁਰ ਜਾਣਾ। ਇਹ ਕੁਛ ਨਹੀਂ ਪਤਾ ਸੰਸਾਰ ਦਾ ਕਿਨ ਪਹਿਲਾਂ ਚੱਲ ਜਾਣਾ ਕਿਨ ਗੁਰਦੋਂ ਚੱਲ ਜਾਣਾ। ਮੈਂ ਸਮਝਦਾ ਕਿ ਮੇਰੇ ਦੁਆਲੇ ਤਿੰਨ ਪਰਿਵਾਰ ਇੱਦਾਂ ਦੇ ਸੀ ਜਿਹੜੇ ਬੱਚੇ ਇਕੱਲੇ ਹੀ ਰਹਿ ਗਏ ਪਿੱਛੇ, ਮਾਂ ਪਿਓ ਦੋਨੋਂ ਚੱਲ ਗਏ, ਇਹ ਚੌਥਾ ਸ਼ਾਮਿਲ ਹੋ ਗਿਆ ਮੇਰੇ 'ਚ। ਪਰਮਾਤਮਾ ਦਾ ਭਾਣਾ ਆ, ਸਾਰਿਆਂ ਨੂੰ ਮਿਲਣਾ ਪੈਣਾ, ਤਾਂ ਇਸ ਕਰਕੇ ਮੈਂ ਬੇਨਤੀ ਕਰਾਂਗਾ ਕਿ ਅਸੀਂ ਸ਼ਰਧਾ ਦੇ ਕੋਲ ਕੀ ਭੇਟ ਕਰਦੇ ਹਾਂ ਆਪਣੀ ਬੱਚੀ ਨੂੰ। ਬੱਚੀ ਆ 9-10 ਸਾਲ ਦੀ ਸੀ ਜਦੋਂ ਮੈਂ ਮਤਲਬ ਕਿ ਅਧਿਆਪਕ ਲਗਾਇਆ ਸੀ, ਤਕਰੀਬਨ 18-20 ਸਾਲ ਦਾ ਸਾਡੀ ਉਮਰ ਦਾ ਫਰਕ ਹੈ। ਤਾਂ ਪਰਿਵਾਰ ਦਾ ਸੰਬੰਧ ਸੀ ਬਹੁਤ ਨੇਕ ਸੀ, ਇਹਦੇ ਨਾਲ ਨਹੀਂ ਢਿੱਲੋ ਨਾਲ ਵੀ ਪਰਿਵਾਰ ਸੀ, ਔਰ ਦੋਨਾਂ ਦੇ ਕੈਰੀਅਰ ਬਣਾਉਣ ਦੇ ਵਿੱਚ ਮੇਰਾ ਵੱਡਾ ਯੋਗਦਾਨ ਸੀ ਅਤੇ ਪਰਿਵਾਰ ਦਾ ਮੇਰੇ ਚੰਗੇ ਸੰਬੰਧ ਸੀ। ਬੀਬੀ ਦੇ ਬੱਚੀ ਆਪਣੀ ਦੇ ਇਸ ਚਰਾਣੇ ਦੇ ਉੱਤੇ ਮੈਨੂੰ ਸਾਰਿਆਂ ਨੂੰ ਦੁੱਖ ਹੋਇਆ ਅਤੇ ਜਿੰਨੇ ਵੀ ਸਾਧ ਸੰਗਤ ਦੇ ਵਿੱਚ ਸਾਡੇ ਹਮਦਰਦ ਪਰਿਵਾਰ ਦੇ ਹਮਦਰਦ ਸ਼ਾਮਿਲ ਹੋਏ ਆ ਉਹਨਾਂ ਨੂੰ ਆਪਾਂ ਜੀਆ ਕਹਿੰਦੇ ਹਾਂ। ਕਿਉਂਕਿ ਆਮ ਕਿਹਾ ਜਾਂਦਾ ਕਿ ਖੁਸ਼ੀ ਬੜਾਇਆ ਵੱਧਦੀ ਹੈ ਅਤੇ ਦੁੱਖ ਬੜਾਇਆ ਘੱਟਦਾ, ਦੁੱਖ ਨੂੰ ਵਡਾਉਣ ਨਾਲ ਹੀ ਥੋੜ੍ਹਾ ਜਿਹਾ ਘੱਟਦਾ, ਲੇਕਿਨ ਜਿੱਥੇ ਚੀਜ਼ ਪੈਂਦੀ ਆ ਉਹ ਪੈਂਦੀ ਰਹਿੰਦੀ ਹੈ। ਗੁਰੂ ਸੇਵਾ ਸਿੰਘ ਜੀ ਲੋਕਾਂ ਨੇ ਜੋ ਸਮਾਜ ਲਈ ਅਧਿਆਪਕਾਂ ਲਈ ਕੰਮ ਕੀਤਾ ਉਹਦੇ ਵਿੱਚ ਮੈਡਮ ਸੁਖਦੇਵ ਕੁਰ ਦਾ ਬਹੁਤ ਵੱਡਾ ਰੋਲ ਆ, ਉਹਦੇ ਪਰਿਵਾਰ ਦਾ ਬਹੁਤ ਵੱਡਾ ਰੋਲ ਆ। ਪਰ ਅੱਜ ਜਿਸ ਸਟੇਜ 'ਤੇ ਅਸੀਂ ਖੜ੍ਹੇ ਹਾਂ ਪਰਿਵਾਰ ਨੂੰ ਦੇਖਦੇ ਹਾਂ ਤਾਂ ਬਹੁਤ ਦੁਖਦਾਇਕ ਸਮਾਂ ਹੈ। ਸੋ ਮੇਰਾ ਕਹਿਣ ਦਾ ਮਤਲਬ ਹੈ ਜੀ, ਸਾਡੇ ਸਾਰਿਆਂ ਨੂੰ ਜ਼ਿੰਮੇਵਾਰੀ ਇਹ ਬਣਦੀ ਆ ਕਿ ਉਸ ਬੇਟੀ ਨੂੰ ਆਪਾਂ ਹੌਸਲਾ ਦੇਈਏ, ਦੁੱਖ ਸੁੱਖ ਵਿੱਚ ਨਾਲ ਨਹੀਂ ਹੁੰਦੇ। ਸੋ ਉਹਨਾਂ ਨੇ ਬਹੁਤ ਕਾਰਨਾਮਾ ਕੀਤੀਆਂ ਸੁਖਦੇਵ ਗਰੋਵਰ ਨੇ, ਮੈਨੂੰ ਪਤਾ ਵੀ ਢਿੱਲੋਂ ਸਾਹਿਬ ਨੇ ਜਿੱਦਾਂ ਮਿਹਨਤ ਕਰਕੇ ਆਪਣਾ ਨਾਮ ਨਾ ਕੱਟਿਆ ਸਮਾਜ ਵਿੱਚ ਅਧਿਆਪਕ ਵਿੱਚ, ਬਹੁਤ ਔਖਾ ਕੰਮ ਆ, ਔਰ ਉਹਨੇ ਕੋਈ ਪਰਵਾਹ ਨਾ ਕੀਤੇ ਬਿਨਾਂ ਔਰ ਮੈਡਮ ਦਾ ਸਹਿਯੋਗ ਲੈ ਕੇ ਸਾਡੇ ਲਈ ਕੰਮ ਕੀਤਾ। ਸੋ ਇਹ ਜਿਹੜੀ ਘਟਨਾ ਆ, ਸਹਿ ਘਟਨਾ ਦੁੱਖ ਆ, ਇਹ ਸਹਿ ਜਾਣ ਵਾਲਾ ਨਹੀਂ, ਔਰ ਵਾਹਿਗੁਰੂ ਹੀ ਸਾਡੇ ਕਿਰਪਾ ਕਰੇ ਇਸ ਭਾਣੇ ਨੂੰ ਮੰਨਣ ਦਾ ਬਲ ਬਖਸ਼ੇ, ਤਾਂ ਹੀ ਅਸੀਂ ਵੀ ਪਰਿਵਾਰ ਵੀ ਸਮਾਜ ਵੀ ਇਹ ਭਾਣਾ ਜਿਹੜਾ ਮੰਨ ਸਕਦੇ ਹਾਂ। ਸੋ ਮੈਂ ਬਹੁਤ ਨਾਮ ਕੁਛ ਕਹਿੰਦਾ ਪਿਆ ਅੱਜ ਤੁਹਾਡੇ ਅੱਗੇ ਬੇਨਤੀ ਇਹੀ ਕਰਦਾ ਕਿ ਉਸ ਪਰਿਵਾਰ ਵੱਲ ਆਪਾਂ ਨੇੜੇ ਰਹੀਏ, ਦੁੱਖ ਸੁੱਖ ਵੇਲੇ ਅਤੇ ਕੁੜੀ ਨੂੰ ਹੌਸਲਾ ਬੇਟੀ ਨੂੰ ਹੌਸਲਾ ਦੇ ਰੱਖੀਏ। ਸੋ ਤਾਂਹੀਓ ਸਾਡੀ ਜ਼ਿੰਮੇਵਾਰੀ ਵੀ ਬਣਦੀ ਹੈ ਜੇ ਉਹਨਾਂ ਨੇ ਸਮਾਜ ਲਈ ਕੰਮ ਕੀਤਾ ਤਾਂ ਸਾਡੀ ਵੀ ਕੋਈ ਜ਼ਿੰਮੇਵਾਰੀ ਬਣਦੀ ਆ। ਇਹਨਾਂ ਦੇ ਸੇਵਾ ਸੇਵਾ ਦੇ ਪਿਤਾ ਜੀ ਮਾਸਟਰ ਅਮਰ ਸਿੰਘ ਜੀ ਅਤੇ ਸਾਡੇ ਅਧਿਆਪਕ ਰਹੇ ਗੌਰਮੈਂਟ ਪ੍ਰਾਇਮਰੀ ਸਕੂਲ ਰੇਡ ਤੋਂ ਲਾ ਕੇ ਸਤਾਰ ਤੱਕ ਸੰਤ ਪੜਾਇਆ ਜਗਲੀ ਬਾਦਸ਼ ਹੋ ਗਏ। ਅਧਿਆਪਕ ਦੀ ਕੰਟਰੀਬਿਊਸ਼ਨ ਸੱਚੀ ਮਾਂ ਤੋਂ ਇੰਡੈਕਸ ਪਾਉਂਦੀ ਹੁੰਦੀ ਆ। ਦੋ ਸਾਡੇ ਅਧਿਆਪਕ ਸੀ ਮਾਸਟਰ ਅਮਰ ਸਿੰਘ ਅਤੇ ਮਾਸਟਰ ਕਰਤਾਰ ਸਿੰਘ। ਮੈਨੂੰ ਬੜੀ ਚੰਗੀ ਤਰ੍ਹਾਂ ਯਾਦ ਆ ਕਿ ਹਰੇਕ ਸਾਲ ਜ਼ਿਲ੍ਹਾ ਪੱਧਰ ਦੇ ਬੀਜ ਵਾਸਤੇ ਸਾਰੇ ਜ਼ਿਲ੍ਹੇ ਦੇ ਕੰਪੀਟੀਸ਼ਨ ਹੋਏ। ਇੱਕ ਸਟੇਜ ਐਸੀ ਆ ਗਈ ਕਿ 7 ਬੀਜ 7 ਪ੍ਰਾਇਮਰੀ ਸਕੂਲ ਤੱਕ ਲਾਏ। ਅਲਟੀਮੇਟਲੀ ਕਾਫੀ ਜਦੋਂ ਜਾਂ ਤੋਂ ਬਾਅਦ ਇੱਥੇ ਵੀ ਗੱਲ ਕਹੀ ਵੀ ਇੱਕ ਵਜ਼ੀਫਾ ਤੱਕ ਸੀ ਉਹ ਸਕੂਲ ਜਾਣ।
ਜੇ ਕੰਟਰੀਬਿਊਸ਼ਨ ਸਾਡੇ ਸਾਹਮਣੇ ਹੀ ਸਾਡੇ ਆਪਣੇ ਬਹੁਤ ਜਿਗਰੀ ਯਾਰ ਜੁਨੇ ਨੂੰ ਚਲਾਉਣ ਵਾਲੇ ਬਾਨੀ ਮੁਲਾਜ਼ਮ ਏਕਤਾ ਦੇ ਸ਼੍ਰੀ ਸਰਦਾਰ ਸੇਵਾ ਸਿੰਘ ਢਿੱਲੋਂ ਜੀ ਪਹਿਲਾਂ ਸਾਨੂੰ ਵਿਛੋੜਾ ਦੇ ਗਿਆ ਉਹ ਹਜੇ ਸਦਮਾ ਅਸੀਂ ਸਹਿ ਨਹੀਂ ਸੀ ਕਰ ਸਕੇ ਅਤੇ ਉਸਦੇ ਮਗਰ ਹੀ ਅਗਲੀ ਲਾਈਨ ਦੇ ਵਿੱਚ ਭੈਣ ਸਾਡੇ ਸੁਖਦੇਵ ਕੌਰ ਜੀ ਉਹ ਵੀ ਸਾਨੂੰ ਵਿਛੋੜਾ ਦੇ ਗਏ ਸਾਨੂੰ ਉਹਨਾਂ ਦਾ ਇਹ ਬਹੁਤ ਵੱਡਾ ਦੁੱਖ ਹੋਇਆ ਅਸੀਂ ਬੜੀ ਕੋਸ਼ਿਸ਼ ਕੀਤੀ ਕਿ ਕਿਸੇ ਤਰੀਕੇ ਨਾਲ ਉਹ ਇਸ ਸੰਸਾਰ ਨੂੰ ਛੱਡ ਕੇ ਨਾ ਜਾਣ ਬੜੀ ਜਦੋਜਹਿਦ ਤੋਂ ਬਾਅਦ ਵੀ ਉਹਨਾਂ ਨੂੰ ਇਹ ਸੰਸਾਰ ਛੱਡ ਕੇ ਜਾਣਾ ਪਿਆ ਇਹ ਜੋ ਹੈ ਮਹਾਤਮਾ ਦਾ ਅਟਲ ਸੱਚਾਈ ਹੈ ਉਹ ਸਾਨੂੰ ਮੰਨਣੀ ਪੈਣੀ ਹੈ ਉਸ ਤੋਂ ਬਾਅਦ ਬੇਟੀ ਪਿੱਛੇ ਰਹਿ ਗਈ ਹੈ ਉਸ ਨੂੰ ਮੈਂ ਆਪਣੀ ਯੂਨੀਅਨ ਵੱਲੋਂ ਆਪਣੇ ਵੱਲੋਂ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਵਾਉਣਾ ਅਤੇ ਜਦੋਂ ਵੀ ਕਿਸੇ ਵੀ ਕਿਸਮ ਦੀ ਦਿੱਕਤ ਆਵੇ ਇੱਕ ਫੋਨ ਦੇ ਉੱਤੇ ਅਸੀਂ ਸਾਰੀ ਯੂਨੀਅਨ ਉਹਦੇ ਨਾਲ ਜਿਹੜੀ ਹੈ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹੋਵਾਂਗੇ ਹਰ ਸਹਾਇਤਾ ਕਰਨ ਦਾ ਅਸੀਂ ਭਰੋਸਾ ਦਵਾਉਂਦੇ ਹਾਂ ਅਤੇ ਬਾਕੀ ਜਿੰਨੇ ਵੀ ਰਿਸ਼ਤੇਦਾਰ ਅਤੇ ਯਾਰ ਦੋਸਤ ਸੱਜਣ ਦੇ ਘਰ ਆਏ ਹੈ ਇਹਨਾਂ ਸਾਰਿਆਂ ਦਾ ਮੈਂ ਤਹਿ ਦਿਲ ਤੋਂ ਆਪਣੇ ਵੱਲੋਂ ਜਿਹੜਾ ਹੈ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤ ਅੱਜ ਅਸੀਂ ਮੇਰੇ ਵੱਡੇ ਭਾਈ ਸਾਹਿਬ ਦੇ ਘਰੋਂ ਮੇਰੀ ਭਰਜਾਈ ਜੀ ਬੀਬੀ ਸੁਖਦੇਵ ਕੌਰ ਜੀ ਜੋ ਕਿ ਪਿਛਲੇ ਦਿਨੀ ਕਾਲ ਚਾਣਾ ਕਰ ਗਏ ਸੀਗੇ ਉਹਨਾਂ ਦੀ ਅੰਤਿਮ ਅਰਦਾਸ ਲਈ ਆਪਾਂ ਇਕੱਤਰ ਹੋਏ ਹਾਂ ਸੋ ਉਹਨਾਂ ਨੇ ਕੁਝ ਸਮਾਂ ਪਹਿਲਾਂ ਮੇਰੇ ਵੱਡੇ ਭਾਈ ਸਾਹਿਬ ਸਰਦਾਰ ਸੇਵਾ ਸਿੰਘ ਜੀ ਢਿੱਲੋਂ ਉਹਨਾਂ ਦੀ ਜਿਹੜਾ ਸਾਨੂੰ ਸਦੀਵੀ ਵਿਛੋੜਾ ਦੇ ਗਏ ਸੀਗੇ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਨੇ ਸਾਨੂੰ ਕਦੇ ਵੀ ਉਹਨਾਂ ਦੀ ਘਾਟ ਜਿਹੜੀ ਆ ਮਹਿਸੂਸ ਨਹੀਂ ਹੋਣ ਦਿੱਤੀ ਅਤੇ ਹਮੇਸ਼ਾ ਹੀ ਸਾਡਾ ਉਹਨਾਂ ਨੇ ਸਾਥ ਦਿੱਤਾ ਸਾਡੇ ਪਰਿਵਾਰ ਨੂੰ ਸੇਧ ਦਿੱਤੀ ਹੈ ਸੋ ਅੱਜ ਮੈਂ ਆਪਣੀ ਵੱਲੋਂ ਸ਼ਰਧਾ ਦੇ ਫੁੱਲ ਭੇਟ ਕਰਦਾ ਹੋਇਆ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਸੱਚੇ ਪਾਤਸ਼ਾਹ ਉਹਨਾਂ ਦੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਮਾਜ਼ ਬਖਸ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ